एक पासे कांग्रेस के विधायक सुखपाल खैरा की गिरफ्तारी हुई तो दूजे पासे पंजाब सरकार से सवाल जड़े ओह चुके जा रहे ने। ते दस दिए कि हुण इस मुद्दे ते राज सिंह खालसा दा इक वड्डा बयान सामने ते पंजाब सरकार ते उन्होंने निशाने भी साधे ने। अते उन्होंने वल्लों इह गल कही है कि पंजाब दे विच हर एक मुद्दे नूं लैके सुखपाल खैरा ने आवाज उठाई है ते हुण इस आवाज नूं दबाउण दे लई पंजाब सरकार अगे आई है ते पंजाब सरकार दे वल्लों बदला नहीं सगों बदला लिता जा रहा है ते जिस तों बाद राज सिंह खालसा पंजाब सरकार ते गरम दिखाई दे रहे ने। आओ सुणदे इस मुद्दे नूं लैके होर राज सिंह खालसा दा की कहना है। सच नूं हमेशा फांसी लगदी आई है, सच नूं हमेशा दबाया गया है। भावे कि ओह पिछला टाइम चक लो जो मुगल सी, जो औरंगजेब सी, जो अबदाली सी, भावे कि अज दा समा लै लो, अज भी अखौती इनकलाबियां दी सरकार ने सच नूं दबाउणा चाहिया। दबाउंदे आया नूं बहुत समा हो गया क्योंकि साडे बहुत नौजवानां दे इत्थे कतल भी हो गए ने ते बहुत नौजवान अज NSA लग के जेल दे विच भी बैठे है। ਉਹ ਕਿਹਦੇ ਕਰਕੇ ਬੈਠੇ ਆ ਉਹ ਸਭ ਨੂੰ ਪਤਾ ਹੈ। ਉਸ ਸੱਚ ਤੋਂ ਕੌਣ ਡਰਦਾ ਸੀ ਇਹ ਵੀ ਸਭ ਨੂੰ ਪਤਾ ਹੈ। ਅੱਜ ਸੁਖਪਾਲ ਖਹਿਰੇ ਨੂੰ ਉਸ ਦੇ ਘਰੋਂ ਚੰਡੀਗੜ੍ਹੋਂ ਚੱਕਿਆ ਗਿਆ, ਉਹਦੇ ਬੈੱਡਰੂਮ ਤੱਕ ਪ੍ਰਸ਼ਾਸਨ ਚਲਾ ਗਿਆ। ਮੈਂ ਉਸ ਪ੍ਰਸ਼ਾਸਨ ਨੂੰ ਪਹਿਲਾਂ ਤਾਂ ਇਹ ਸਵਾਲ ਕਰਨਾ ਚਾਹੁੰਦਾ ਹਾਂ ਕਿ ਚਿੱਟੇ ਦੇ ਤਸਕਰ ਕਿੰਨੇ ਆ ਪੰਜਾਬ ਦੇ ਵਿੱਚ, ਚਿੱਟਾ ਵੇਚਣ ਵਾਲੇ ਲੋਕ ਕਿੰਨੇ ਆ, ਵੱਡੇ ਵੱਡੇ ਸਮਗਲਰ ਆ ਜਿਨ੍ਹਾਂ ਨੇ ਖੱਡਾਂ ਦੱਬੀਆਂ ਨੇ, ਰੇਤਾਬਾਜ਼ੀ ਦੇ ਮਜੀਠੇ ਅਰਗੇ, ਉਹਨਾਂ ਦੇ ਬੈੱਡਰੂਮਾਂ ਤੱਕ ਕਦੇ ਕਿਉਂ ਨਹੀਂ ਗਏ ਬਈ? ਉਹਨਾਂ ਦੇ ਘਰਾਂ ਤੱਕ ਕਦੇ ਕਿਉਂ ਨਹੀਂ ਗਏ? ਉਹਨਾਂ ਦੇ ਤੁਸੀਂ ਬਾਰ ਤੱਕ ਨਹੀਂ ਖਿਲਾਏ ਕਦੇ ਜਾ ਕੇ? ਤੇ ਜਦੋਂ ਹੀ ਚੱਕਣਾ ਹੁੰਦਾ ਤਾਂ ਤੁਸੀਂ ਹਮੇਸ਼ਾ ਸੱਚੇ ਬੰਦੇ ਨੂੰ ਚੱਕਣਾ ਹੁੰਦਾ, ਭਾਵੇਂ ਕਿ ਪਹਿਲਾਂ ਲੱਖਾ ਸਧਾਣਾ ਲਾ ਲਓ ਜਿਹਦੇ ਤੁਸੀਂ ਤਰਨ ਤਾਰਨ ਝੂਠਾ ਕੇਸ ਮਰਤਾ ਸੀ, ਫਿਰ ਇਕੱਠ ਕਰਕੇ ਉਹੀ ਕੇਸ ਵਾਪਸ ਕਰਵਾਇਆ, ਫਿਰ ਭਾਵੇਂ ਪਰਵਿੰਦਰ ਝੋਟਾ ਲਾ ਲਓ ਜਿਹਦੇ ਘਰੇ ਪ੍ਰਸ਼ਾਸਨ ਬੜਿਆ ਕੰਧਾਂ ਟੱਪੀਆਂ ਤੇ ਫਿਰ ਧਰਨਾ ਲਾ ਕੇ ਉਹਨੂੰ ਬਰੀ ਕਰਾਇਆ, ਭਾਵੇਂ ਕਿ ਅੱਜ ਲਾ ਲਓ ਅੱਜ ਸੁਖਪਾਲ ਖਹਿਰਾ ਜਿਹਦੇ ਤੁਸੀਂ ਘਰ ਜਾ ਕੇ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਨੇ ਉਹ ਬਿਹੇਵ ਕੀਤਾ ਜਿਹੜਾ ਕਰਨਾ ਨਹੀਂ ਚਾਹੀਦਾ। ਇੱਕ MLA ਹੈ, ਉਹ ਇੱਕ ਲੋਕਾਂ ਦਾ ਚੁਣਿਆ ਹੋਇਆ ਵਿਧਾਇਕ ਹੈ ਤੇ ਝਾੜੂ ਦੀ ਜ਼ਮਾਨਤ ਜ਼ਬਤ ਕਰਾਈ ਹੋਈ ਹੈ ਉਸ ਇਨਸਾਨ ਨੇ, ਤੇ ਉਸ ਨੂੰ ਘਰੇ ਵੜ ਕੇ ਇਸ ਤਰ੍ਹਾਂ ਚੱਕਣਾ ਪ੍ਰਸ਼ਾਸਨ ਨੇ ਤੇ ਆਮ ਬੰਦਿਆਂ ਦਾ ਕੀ ਹੋਊਗਾ? ਇਹ ਤਾਂ ਕਹਿੰਦੇ ਸੀ ਆਮ ਸਰਕਾਰ ਹੈ, ਆਮ ਲੋਕ ਵਧੀਆ ਰਹਿਣਗੇ, ਤੇ ਇੱਥੇ ਤਾਂ ਖਾਸ ਲੋਕ ਨਹੀਂ ਵਧੀਆ ਰਹਿ ਸਕਦੇ। ਜਿਨ੍ਹਾਂ ਨੇ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਉਹ ਲੋਕ ਇੱਥੇ ਸਹੀ ਨਹੀਂ ਹੈਗੇ, ਤੇ ਅੱਜ ਤੁਸੀਂ ਸੱਚ ਨੂੰ ਮਾਰਨ ਤੇ ਤੁਲ ਪਿਓ। ਯਾਰ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਸਾਹਿਬ ਇੰਨਾ ਵੀ ਨੀਚੇ ਨਾ ਗਿਰ ਕਿ ਤੂੰ ਆਪਣੇ ਹੀ ਲੋਕਾਂ ਦੇ ਖਿਲਾਫ ਹੋ ਜਾਏ, ਸੱਚ ਬੋਲਣ ਵਾਲੇ ਲੋਕਾਂ ਨੂੰ ਜੇਲ੍ਹਾਂ 'ਚ ਬਿਠਾਉਣ ਲੱਗ ਜਾਏ, ਸੱਚ ਬੋਲਣ ਵਾਲੇ ਚੈਨਲਾਂ ਨੂੰ ਬੰਦ ਕਰਾ ਦੇ, ਤੇ ਜਿਹੜੇ ਬੰਦੇ ਸੱਚ ਬੋਲਦੇ ਉਹਨਾਂ ਦੇ ਪੇਜ ਡਾ ਦੇ, ਇੰਨਾ ਵੀ ਨਿਰਦਈ ਨਾ ਬਣ, ਇੰਨੇ ਵੀ ਬੇਅੰਤ ਵਾਲੇ ਕੰਮਾਂ ਤੇ ਨਾ ਆ। ਜਿਹੜਾ ਤੂੰ ਅੱਜ ਕੰਮ ਫੜੇ ਹੋਇਆ ਨਾ, ਆ ਚੱਡੇ ਤੇ ਲਾ ਦੋ ਜੀ ਕਰੋੜਾਂ ਰੁਪਇਆ, ਕੇਜਰੀਵਾਲ ਨੂੰ ਦੇ ਦੋ ਜੀ ਜਹਾਜ਼, ਪੰਜਾਬੀ ਮਾਂ ਬੋਲੀ ਸਭ ਤੋਂ ਥੱਲੇ ਕਰ ਦੋ ਜੀ, ਸੱਚੇ ਬੰਦਿਆਂ ਨੂੰ ਚੱਕ ਲਓ, ਚਿੱਟੇ ਦੇ ਵਪਾਰੀਆਂ ਨੂੰ ਛੱਡ ਦੋ, ਚਿੱਟਾ ਰੋਕਣ ਵਾਲਿਆਂ ਨੂੰ ਜੇਲ੍ਹਾਂ 'ਚ ਧੱਕ ਦੋ, ਇਹ ਕੰਮ ਰਹਿ ਗਏ ਤੁਹਾਡੇ ਕੋਲ। ਤੇ ਇਹੀ ਕੰਮ ਕਰਦੇ ਰਹੇ ਤੇ ਬਹੁਤ ਹੀ ਦੂਰ ਨਹੀਂ ਤੁਹਾਡਾ ਹਸਰ ਵੀ ਆਹੀ ਬਾਦਲਾਂ ਵਾਲਾ ਹੋਣਾ, ਤੁਹਾਡਾ ਹਸਰ ਵੀ ਕਾਂਗਰਸ ਵਾਲਾ ਹੋਣਾ। ਇਹ ਲੋਕ ਸਭ ਕੁਛ ਦੇਖ ਰਹੇ ਨੇ। ਮੈਂ ਲੋਕਾਂ ਨੂੰ ਵੀ ਕਹਿਣਾ ਕਿ ਲੋਕੋ ਇਕੱਲੇ ਹੀ ਇੱਕੋ ਇੱਕ ਲੀਡਰ ਹੈ ਜਿਹੜਾ ਸਾਡੀ ਸਿੱਖੀ ਦੀ ਗੱਲ ਵੀ ਕਰਦਾ ਤੇ ਪੂਰੇ ਪੰਜਾਬ ਦੀ ਗੱਲ ਵੀ ਕਰਦਾ, ਇੱਕੋ ਇੱਕ ਲੀਡਰ ਹੈ। ਦੱਸੋ ਕਿੰਨੇ ਲੀਡਰ, 117 MLA ਹੈ, ਕਿਸੇ MLA ਦੇ ਮੂੰਹ ਦੇ ਵਿੱਚੋਂ ਦੱਸੋ ਕਦੇ ਦੀਪ ਸਿੱਧੂ ਦਾ ਨਾਂ ਆਇਆ ਹੋਵੇ? ਦੀਪ ਸਿੱਧੂ ਦਾ ਮੁੱਦਾ ਵੀ ਖਹਿਰੇ ਨੇ ਚੱਕਿਆ। ਕਿਸੇ MLA ਦੇ ਮੂੰਹ ਦੇ ਵਿੱਚ ਦੱਸੋ ਅੰਮ੍ਰਿਤਪਾਲ ਸਿੰਘ ਖਾਲਸਾ ਨਾਂ ਆਇਆ ਹੋਵੇ? ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਗੱਲ ਕੀਤੀ ਤਾਂ ਖਹਿਰੇ ਨੇ ਕੀਤੀ, ਪਰਵਿੰਦਰ ਝੋਟੇ ਦੀ ਗੱਲ ਕੀਤੀ ਤਾਂ ਖਹਿਰੇ ਨੇ ਕੀਤੀ, ਲੱਖੇ ਸਿਧਾਣੇ ਦੀ ਗੱਲ ਕੀਤੀ ਤਾਂ ਖਹਿਰੇ ਨੇ ਕੀਤੀ, ਮੂਸਿਆਂ ਦੇ ਇਨਸਾਫ ਦੀ ਗੱਲ ਕੀਤੀ ਤਾਂ ਖਹਿਰੇ ਨੇ ਕੀਤੀ, ਨਵਰੀਤ ਨੂੰ ਸ਼ਹੀਦ ਦਾ ਦਰਜਾ ਦਵਾਇਆ ਤਾਂ ਖਹਿਰੇ ਨੇ ਦਵਾਇਆ ਅੰਦੋਲਨ ਦੇ ਵਿੱਚ। ਤੇ ਆ ਬਾਕੀ ਲੀਡਰ 116 ਨੇ, ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੇ ਕੁਛ ਕੀਤਾ? ਕਦੇ ਸਾਡੇ ਹੱਕ 'ਚ ਹਾਂ ਦਾ ਨਾਰਾ ਮਾਰਿਆ? ਆ ਬਥੇਰੇ ਅੰਮ੍ਰਿਤ ਛੱਕ ਕੇ ਦਾੜੇ ਰੱਖ ਕੇ ਅੱਜ ਸਪੀਕਰ ਬਣੇ ਫਿਰਦੇ ਆ, ਦੱਸੋ ਕਦੇ ਸਿੱਖੀ ਦੇ ਹੱਕ 'ਚ ਗੱਲ ਕੀਤੀ ਹੋਵੇ? ਝੂਠੀਆਂ ਸਹੁੰ ਖਾ ਸਕਦੇ ਆ ਬਾਈਬਲ ਜਾ ਕੇ, ਬਾਈਬਲ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾਧੀ ਕੁਲਤਾਰ ਸੰਧਵੇਂ ਨੇ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ? ਦੱਸੋ। ਉਹ ਪਰ ਲੋਕਾਂ ਨੂੰ ਕਹਿਣਾ ਚਾਹੁੰਦਾ ਵਾ, ਤੁਸੀਂ ਸੱਚ ਨੂੰ ਪਹਿਚਾਣ ਦੇ ਬਾਅਦ ਦੇ ਵਿੱਚੋਂ ਜਦੋਂ ਸੱਚਾ ਬੰਦਾ ਇਸ ਦੁਨੀਆਂ ਤੋਂ ਚਲਿਆ ਜਾਂਦਾ, ਅਸੀਂ ਕਦਰੀ ਉਦੋਂ ਪਾਉਂਦੇ ਹਾਂ ਜਦੋਂ ਕਿਸੇ ਦਾ ਇੱਥੇ ਖਹਿਰੇ ਅਰਗੇ ਨੂੰ ਜੇਲ੍ਹ 'ਚ ਧੱਕਦਾ ਜਾਂ ਉਹਨੂੰ ਕਿਸੇ ਐਕਸੀਡੈਂਟ 'ਚ ਮਰਵਾਤਾ ਜਾਂ ਉਹਦਾ ਕੁਛ ਹੋਰ ਕਰਤਾ, ਤਾਂ ਅਸੀਂ ਕਹਾਂਗੇ ਵੀ ਯਾਰ ਖਹਿਰਾ ਸਾਡੇ ਮੁੱਦੇ ਚੱਕਦਾ ਸੀ, ਜਿਉਂਦੇ ਜੀ ਆਪਾਂ ਨੇ ਕਿਸੇ ਨੇ ਨਾਲ ਨਹੀਂ ਖੜਨਾ।
उदो तक असी सच दे हां हां दे विच हां हुंगारा नहीं भरना। खैरे ने माड़ा की किया, खैरा पाणियां दी गल भी करे, खैरा नशे दे विरुद्ध भी आवाज उठावे, खैरा सिखी दी गल भी विधानसभा च करे, खैरा उन्हां लोकां दी गल भी करे जिहड़े पंजाब नूं बचाउण लई लगे होए ने, जिन्हां ते अनेकां ही परचे पै गए, ते ओही खैरा अज जेल च भी जावे ते उहनूं चक के आ प्रशासन धक्के दे नाल जलालाबाद लै आया। पुराने किसे परचे दे विच कोर्ट ने जिहड़ी रोक लाई हुई है, कोर्ट ने सब कुछ दिता होया, अज सुप्रीम कोर्ट दे विरुद्ध ये लीडर चल रहे ने जिहड़े कहिंदे हुंदे आ कानून तो कोई उपर नहीं, जिहड़े कहिंदे आ सुप्रीम कोर्ट का फैसला टल है, ते अज इह इन्हां ने सुप्रीम कोर्ट हाई कोर्ट पैरां च रोले होए आ। दसो इस करके पंजाब दे लोको खड़े होवो, नहीं इन्हां लोकां ने तुहानूं उजाड़ के रख देना। सच बोलण वाला बंदा कोई रहना नहीं, यह गल सुन लियो, सच बोलण वाला कोई बंदा रहना नहीं। तुहानूं थोड़ियां मोटियां सहूलतां दे के यह लोग खरीद लैंदे आ, छोटे मोटे सुनवा किसी नूं बिजली फ्री देती माड़ी मोटी, किसी नूं कुछ होर देता, किसी नूं किराया फ्री करता, वह इन्हां सहूलतां पिछे तुसीं सिक्खी नूं भुल जांदे हो, इन्हां सहूलतां पिछे तुसीं सच्चे बंदियां नूं गवा लैंदे हो। ज्यौंदे जी नाल खड़ जा करो, जे अज खैरा पंजाब दी गल करदा है तां करके उहनूं आह कुछ चलना पै रिहा, बाकी 116 आराम नाल बैठे है, MLA होर भी है, लोकां ने चुनिया उहनां नूं भी है, पर कल्ला खैरे ही क्यों बोलदा, क्योंकि उहदे अंदर दर्द है। कल्ले खैरे नूं जेल च क्यों धक्किया गया है, क्योंकि उह सच बोलदा, इहनां दे पोतड़े फरोलदा है, आ राघव चड्डे अर्गियां दे, हुण इह हो किहदे सिते रिहा, इह सारा केजरीवाल ते राघव चड्डा करा रहे ने, क्योंकि ऐसी दी तैसी करती राघव चड्डे दी खैरे ने, सारा कुछ दसता किन्ने रुपए किन्ने लखां रुपये उन्हें ब्याह ते लाते, कित्थों गए, की कुछ होया, तां खैरे नूं चक्किया गया। इत्थे नहीं, वड्डे वड्डे समगलर बैठे MLA, बथेरे वड्डे ठग बैठे MLA, जिन्हां दे बार तक भी प्रशासन नहीं जांदा, ते सच्चे बंदे नूं फड़न दे लई पब्बां भार हो जांदे हो। मैं प्रशासन नूं भी कहना चाहुंदा, उह खैरे ने तुहाडा की माड़ा कीता यार, तुहाडे बच्चियां दी लड़ाई लड़ रहे है, तुहाडे पंजाब च ही रहिंदे आ बच्चे। हां जे तां इही सोच लिया कि लीडरां वांगू अपने बच्चे बाहर कढ दांगे ते पंजाब नूं लुट के खा लो, फिर तां गल वख है, फिर तां जमीरें ही मर गईआं, फिर तां लोड़ नहीं किसे नूं गिरफ्तार करो, किसे नूं छड्डो। जे माड़ी मोटी मन च है अणख दिया कि यार सच्चे बंदियां ते आपां केस नहीं पाउणे, सच्चे बंदियां नूं जेलां च नहीं धक्कणा, सच्चे बंदियां दी लोड़ अज बाहर है पंजाब च, ते फिर तुसीं झूठा कोई परचा नहीं पाओगे। पर अज इह झूठे परचे पाउण वाली सरकार चल रही है, क्योंकि विच प्रशासन दे भी सारे नहीं हुंदा, क्योंकि उपरों हुक्म आउंदे आ, जे हुक्म नहीं मनदे तां इह प्रशासन नूं तंग करदे आ, बदलियां कर दिंदे आ। इह उही इनकलाबियां दी सरकार है जिहड़ी कहिंदे सी रंगला पंजाब बना दांगे, किसे दे झूठा परचा नहीं होऊगा, कहिंदे सी इह बदलाखोरी दी राजनीति करदे आ बदल के, हुण कहिड़ी राजनीति दित्तना हो बई, हुण भगत क्यों नहीं बोलदे, हुण इह बदलाखोरी दी राजनीति नहीं, होर कोई हीला ना थावे तां बंदे दा किरदार मार दो, बंदे ते कोई जनानी दा केस पवा दो झूठा, बंदे ते नशे दा केस पवा दो झूठा, जे बंदे कनी होर कोई कमी ना थावे, एवें किरदार नहीं मरने। सच हमेशा रहूगा इस दुनिया ते, अज तुसी खैरे नूं अंदर कर दोगे तां खैरे अर्गे होर बहुत है बाहर, इह सच नूं तुसी दबा नहीं सकदे, इह कड़ी जुड़दी रहनी है सच वाली, सच नूं तुसी मार नहीं सकदे। इत्थे वड्डे वड्डे आके तुर गए, मसे रंगड़ अर्गे, अबदाली अर्गे, औरंगजेब अर्गे, इत्थे मुगलां दा राज भी रहे, अंग्रेज भी रहे ने, पर ना सिक्खी नूं खत्म कर पाए ते ना ही सच नूं दबा सके। ते भगवंत मान साहब, हाल तुहाडा भी उहनां वाला है, सच नूं खत्म करन ते लगे हो ते सिक्खी नूं भी, पर दोए चीजां खत्म नहीं होणियां, ना ते इत्थों सिक्खी खत्म होवे ते ना ही कदे सच मरे। इह गल याद रखी, जिहड़े अज कम तुसीं लगे हो ना बेअंते वाले करन, जिहड़े लीहां ते बेअंते ने चाढ़िया सी पंजाब नूं, मावां दे पुत मारे सी, मावां दे पुत्तां नूं जेलां 'च धक्कदा सी, झूठे परचे पा के जेलां 'च धक्कदा सी, ओही काम अज तुसीं लगे। मावां दे पुत्तां ते NSA ला के डिब्रूगढ़ तुसीं भेजते, झूठे परचे पा के खैरे अर्गे तुसीं अंदर करना चाहुंदे हो। पहलां इही परचा लखे सिधाणे ते भी पाया सी, इही परचा झोटे ते भी पवाता जी तुसीं ने, ओही जनानी जिहड़ी मुकर गई सी बाद 'च, कहिंदी सी प्रशासन ने धक्के नाल नौ रखाया सी, प्रशासन ते की कारवाई कीती है, जवाब दिओ तर्क दे नाल, तत्थां दे आधार ते। उह खैरा रड़कदी तां है तत्थां दे आधार ते गल करदा, तुहाडे सामने शीशा रख दिंदा वी तुसीं इत्थे गलत हो, क्योंकि होर तां किसे ने बोलना नहीं, मूहां च घुंगणियां पईआं हुईआं ने,
केजरीवाल तो तेरे वाले 92 तुसी डरदे हो। कला खैर ही आ जिहड़ा बोलदा ते अज पंजाब दे लोकां नूं वी कहना चाहुंदा कि पंजाब दे लोको इहो जिहा लीडर गवा ना लिओ, भावें उह किसे वी पार्टी दा। असीं कांग्रेस नूं समर्थन नहीं करदे, बहुत माड़ी आ कांग्रेस साडे ते अकाल तख्त सब ढाहे, पर खैरा उहदे विच रहि के वी सिखां दी गल कर रहे आ, खैरा पंजाब दी गल कर रहे आ, तां असीं निजी तौर ते खैरे दा समर्थन करदे आ। वी आ सच्चा बंदा मुद्दे तत्थां दे आधार ते चकदा है, इन्हां दीआं करतूतां सारिआं दीआं सामणे लैके आउंदा है, तां समर्थन दिंदे आ। तुसीं चंगा काम करोगे तुहाडा समर्थन कर देंगे, पर चंगे वाली कोई गल रही नहीं, क्योंकि काम ही तुहाडे हुण मैं कहना नहीं चाहुंदा, उह शब्द वरतना नहीं चाहुंदा। अकल नूं हत्थ मार भगवंत मान साहब, अकल नूं दिल्ली ते इत्थों की कुछ करा रही आ, इह सोच इहदे अंदाजे आउण वाले टाइम दे विच निकलणे आ, ਇਹ ਭੁਗਤਣਾ ਤੈਨੂੰ ਆਉਣ ਵਾਲੇ ਟਾਈਮ ਦੇ ਵਿੱਚ ਪੈਣਾ। ਕਦੇ ਤੂੰ ਪੰਜਾਬ ਦਾ ਹਰਮਨ ਪਿਆਰਾ ਲੀਡਰ ਹੁੰਦਾ ਸੀ, ਕੋਈ ਤੈਨੂੰ ਚੂ ਨਹੀਂ ਬੋਲਦਾ ਸੀ, ਕਦੇ ਕਮੈਂਟਾਂ 'ਚ ਤੈਨੂੰ ਗਾਲ ਨਹੀਂ ਪਈ ਸੀ। ਅੱਜ ਤੂੰ ਸਭ ਤੋਂ ਮਾੜਾ ਲੀਡਰ ਸਿੱਧ ਹੋ ਰਿਹਾ। ਅੱਜ ਤੈਨੂੰ ਲੋਕ ਨਫ਼ਰਤ ਲੱਗ ਗਿਆ ਕਰਨ, ਕਿਉਂਕਿ ਲੋਕਾਂ ਨੇ ਪੱਲੋਂ ਤੇਲ ਫੂਕ ਕੇ ਤੈਨੂੰ ਜਿਤਾਇਆ ਸੀ, ਤੈਨੂੰ ਵੋਟਾਂ ਪਾਈਆਂ ਸੀ। ਪਰ ਅੱਜ ਤੂੰ ਜਿਹੜੇ ਕੰਮਾਂ 'ਤੇ ਆ ਗਿਆ, ਇਹ ਕੰਮ ਨਖਿੱਧਾ ਵਾਲੇ ਆ, ਇਹ ਕੰਮ ਬੇਅੰਤੇ ਵਾਲੇ ਆ। ਇਸ ਕਰਕੇ ਪੰਜਾਬ ਦੇ ਲੋਕੋ ਇਕੱਠੇ ਹੋ ਕੇ ਅੱਜ ਸੁਖਪਾਲ ਖਹਿਰੇ ਦਾ ਸਾਥ ਦਿਓ। ਸਾਥ ਦੇਣਾ ਬਣਦਾ, ਨਹੀਂ ਫਿਰ ਇਹਨਾਂ ਨੇ ਇਕੱਲੇ ਇਕੱਲੇ ਨੂੰ ਦੱਬ ਲੈਣਾ, ਫਿਰ ਬੈਠੇ ਰਹੋ, ਫਿਰ ਗੁਲਾਮੀ ਦੀਆਂ ਜੀਰਾਂ 'ਚ ਜਕੜੇ ਰਹੋ। ਜਿਵੇਂ ਇਹ ਚਾਹਿਆ ਕਰਨਗੇ ਉਵੇਂ ਇਹ ਕਰਿਆ ਕਰਨਗੇ। ਕਿੰਨੇ ਚੈਨਲ ਵਾਲੇ ਬੰਦੇ ਆ ਜਿਹੜੇ ਧਾਹਾਂ ਮਾਰਦੇ ਆ, ਚੈਨਲ ਨਹੀਂ ਚੱਲਣ ਦੇ ਰਹੇ, ਇਹ ਸੱਚ ਨਹੀਂ ਬੋਲਣ ਦੇ ਰਹੇ, ਇਹ ਪੇਜ ਬੰਦ ਕਰ ਰਹੇ ਆ। ਕੀ ਕੁਛ ਇਹਨਾਂ ਨੇ ਕੀਤਾ ਨਹੀਂ, NSA ਲਾ ਕੇ ਸਾਡੇ ਮੁੰਡੇ ਇਹਨਾਂ ਨੇ ਡਿਬਰੂਗੜ੍ਹ ਭੇਜਤੇ, ਕੀ ਨਹੀਂ ਕੀਤਾ, ਰਹਿ ਕੀ ਗਿਆ ਕਰਨ ਕਣੀਓ। ਆਹੀ ਕਸਰਾਂ ਸੀ ਇਹ ਕੱਢ ਰਹੇ ਨੇ, ਕਰੋੜਾਂ ਰੁਪਇਆ ਸਾਡਾ ਇਸ਼ਤਿਹਾਰਾਂ ਤੇ ਲਾਤਾ, ਕਰੋੜਾਂ ਰੁਪਇਆ ਰਾਘਵ ਚੜੇ ਨੂੰ ਚੱਕ ਕੇ ਦਿੱਤਾ, ਕਰੋੜਾਂ ਰੁਪਇਆ ਕੇਜਰੀਵਾਲ ਨੂੰ ਜਹਾਜ਼ ਲੈ ਕੇ ਦਿੱਤਾ। ਫ੍ਰੀ ਚਲੋ ਤੁਸੀਂ ਟਾਟ ਵਸਾਉਂਦੇ, ਫ੍ਰੀ ਚਲੋ ਦਰੀਆਂ ਵਸਾਉਂਦੇ, ਆ ਮੈਂ ਵਰਕਰਾਂ ਨੂੰ ਕਹਿਣਾ ਚਾਹੁੰਦਾ, ਫ੍ਰੀ ਚਲੋ ਦਰੀਆਂ ਵਸਾਉਂਦੇ। ਇਹਨਾਂ ਨੂੰ ਕੋਈ ਤੁਹਾਡੀ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਇਸ ਕਰਕੇ ਸੱਚ ਨਾਲ ਖੜਨਾ ਸਿੱਖ ਲਓ, ਜੇ ਸੱਚ ਨਾਲ ਖੜੋਗੇ ਕਦੇ ਨਾ ਕਦੇ ਤੁਹਾਡੀ ਕਾਦਰ ਵੀ ਪਊਗੀ, ਸੱਚ ਨਾਲ ਖੜੋਗੇ ਤਾਂ ਪੰਜਾਬ ਬਚੂਗਾ। ਇਸ ਕਰਕੇ ਨਾ ਇਨਕਲਾਬੀਆਂ ਨੂੰ, ਖੋਤੀ ਇਨਕਲਾਬੀਆਂ ਨੂੰ ਲਾਹਣਤਾ ਨੇ ਜਿਹੜੇ ਕੰਮ ਅੱਜ ਬਦਲਾ ਖੋਰੀ ਤੇ ਤੁਸੀਂ ਆਏ ਹੋ। ਹਾਂ, ਖੈਰਾ ਤੁਹਾਡੇ ਖਿਲਾਫ ਮੁੱਦੇ ਚੱਕਦਾ, ਬੋਲਦਾ, ਉਹਦੇ ਖਿਲਾਫ ਤੁਸੀਂ ਮੁੱਦੇ ਚੱਕੋ, ਉਹਦੀ ਕੋਈ ਗਲਤੀ ਹੈ ਬੋਲੋ, ਉਹ 'ਚ ਕੋਈ ਗਲਤੀ ਨਹੀਂ ਨਿਕਲੀ ਤੇ ਧੱਕੇ ਨਾਲ ਪ੍ਰਸ਼ਾਸਨ ਨੂੰ ਚੁਕਾ ਦਿਓ। ਇਹਦਾ ਬੁੱਚਣ ਵਾਲੇ ਕੰਮ ਹੋਏ ਨਾ, ਟੱਕਰ ਲੈਣੀ ਹੈ ਤਾਂ ਸਿੱਧੀ ਲਓ, ਉਹ 'ਚ ਕੋਈ ਗਲਤੀ ਕੱਢ ਕੇ ਦਿਖਾਓ। ਇਸ ਕਰਕੇ ਪੰਜਾਬ ਦੇ ਲੋਕੋ ਇਕੱਠੇ ਹੋ ਜਾਓ, ਜਿੱਥੇ ਵੀ ਸੱਦਾ ਆਉਂਦਾ ਉੱਥੇ ਜ਼ਰੂਰ ਪਾਰਟੀ ਵੱਜ ਤੂੰ ਉੱਠ ਕੇ ਪਹੁੰਚਿਓ। ਖੈਰਾ ਪੰਜਾਬ ਦੀ ਗੱਲ ਵੱਧ ਕਰਦਾ, ਕਾਂਗਰਸ ਦੀ ਘੱਟ ਕਰਦਾ, ਇਹ ਕਦੇ ਵੀ ਉਹਦੇ ਬਿਆਨਾਂ 'ਚ ਦੇਖ ਲਿਓ, ਕਦੇ ਵੀ ਉਹਦੀ ਸਪੀਚ ਦੇਖ ਲਿਓ, ਉਹਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਕੀਤੀ ਹੈ, ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ, ਹਮੇਸ਼ਾ ਹੀ ਪੰਜਾਬ ਨਾਲ ਖੜਾ। ਇਸ ਕਰਕੇ ਅੱਜ ਪੰਜਾਬ ਨੂੰ ਵੀ ਉਹਦੇ ਨਾਲ ਖੜਨ ਦਾ ਟਾਈਮ ਆ ਗਿਆ। ਜਿਸ ਤਰ੍ਹਾਂ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ, ਘਰੋਂ ਫੜਿਆ ਗਿਆ, ਜਿਵੇਂ ਕੋਈ ਬਾਹਲਾ ਵੱਡਾ ਅੱਤਵਾਦੀ ਹੁੰਦਾ, ਜਿਵੇਂ ਬਾਹਲਾ ਵੱਡਾ ਕੋਈ ਸਮਗਲਰ ਹੁੰਦਾ, ਜਦਕਿ ਸਾਰੇ ਪੰਜਾਬ ਨੂੰ ਪਤਾ ਕਿ ਖਹਿਰਾ ਕੌਣ ਹੈ, ਇਹਨਾਂ ਦੀਆਂ ਚੀਕਾਂ ਮਰਵਾਉਣ ਵਾਲਾ ਖਹਿਰਾ, ਇਹਨਾਂ ਦੀ ਜ਼ਮਾਨਤ ਜ਼ਬਤ ਕਰਨ ਵਾਲਾ ਖਹਿਰਾ, ਤੇ ਇਹਨਾਂ ਦੇ ਖਿਲਾਫ ਸੱਚੇ ਮੁੱਦੇ ਚੱਕਣ ਵਾਲਾ ਖਹਿਰਾ, ਤੇ ਸਿੱਖੀ ਦੀ ਗੱਲ ਕਰਨ ਵਾਲਾ ਵੀ ਖਹਿਰਾ। ਇਹ ਗੱਲ ਯਾਦ ਰੱਖਿਓ, ਅੱਜ ਉਹਦੇ ਨਾਲ ਅਸੀਂ ਜ਼ਰੂਰ ਖੜੀਏ।